ਪੀਵਤ ਹੈ ਹੁੱਕਾ ਔਰ ਥੂਕੇ ਮਨ ਪਾਏ ਹੈ ਕਹਿੰਦਾ ਉੱਥੇ ਹੁੱਕਾ ਵੀ ਪੀਂਦੇ ਤੇ ਮਨ ਮਰਜ਼ੀਆਂ ਨਾਲ ਥੁੱਕਦੇ ਨੇ ਪਾਣ ਵੀ ਖਾਂਦੇ ਨੇ ਐਸਾ ਕੁਝ ਬੀਤ ਰਿਹਾ ਇਹ ਹਰਮੰਦਰ ਸਾਹਿਬ ਦੇ ਅੰਦਰ ਸੀ ਉਹਨਾਂ ਜ਼ਿਕਰ ਕੀਤਾ ਕਹਿੰਦੇ ਪੀਵਤ ਹੈ ਹੁੱਕਾ ਔਰ ਥੂਕੇ ਮਨ ਪਾਏ ਹੈ ਐਸੀ ਪਾਂਤ ਹੋਵਤ ਬੇਅਦਬੀ ਅਪਾਰਤ ਹਾਂ ਮੰਦਰ ਕੇ ਅੰਦਰ ਨਾਲ ਕਹੀ ਸੁਣੀ ਜਾਏ ਹੈ ਇਹ ਜਦੋਂ ਗੱਲ ਗੁਰੂ ਕੇ ਸਿੱਖਾਂ ਨੇ ਭਾਈ ਬੁਲਾਕਾ ਸਿੰਘ ਕੋਲੋਂ ਸੁਣੀ ਸੱਚ ਸੀ ਸਾਰੇ ਗੁਰੂ ਕੇ ਸਿੱਖਾਂ ਦੀ ਅੱਖਾਂ 'ਚੋਂ ਪਾਣੀ ਆ ਗਿਆ ਕਹਿ ਲੱਗੇ ਗੁਰੂ ਰਾਮਦਾਸ ਪਤਸ਼ਾ ਜਿੱਥੇ ਤੇਰੇ ਦਰਬਾਰ 'ਚ ਹਰ ਵੇਲੇ ਗੁਰੂ ਦੀ ਬਾਣੀ ਦਾ ਕੀਰਤਨ ਚੱਲਦਾ ਰਹਿੰਦਾ ਹਰ ਵੇਲੇ ਰੱਬ ਦੀ ਗੱਲ ਹੁੰਦੀ ਹੈ ਉੱਥੇ ਇਹ ਕੁਝ ਹੋ ਜਾਏ ਸਿੱਖ ਦਾ ਹਿਰਦਾ ਪਟ ਗਿਆ ਸੱਚ ਜੀ ਉਸ ਵੇਲੇ ਅਣਖ ਜਾਗਣ ਵਾਲੇ ਗੁਰੂ ਕੇ ਜਗਾਉਣ ਵਾਲੇ ਮਹਾਨ ਯੋਧੇ ਸਰਦਾਰ ਬੁੱਢਾ ਸਿੰਘ ਨੇ ਆਖਿਆ ਕਹਿ ਲਗਾ ਕੋਈ ਹੈ ਜਿਹੜਾ ਇਹੋ ਜੀ ਵਿਦਵੀ ਦਾ ਬਦਲਾ ਲਵੇ ਦੋ ਗੁਰੂ ਕੇ ਸਿੱਖ ਦੋਨੋਂ ਹੀ ਅਮਰਸਰ ਦੇ ਇਲਾਕੇ ਚ ਉੱਠੇ ਨੇ ਇੱਕ ਭਾਈ ਸੁੱਖਾ ਸਿੰਘ ਇੱਕ ਭਾਈ ਮਹਤਾਬ ਸਿੰਘ ਥੋੜਾ ਥੋੜਾ ਮੈਂ ਇਹਨਾਂ ਦਾ ਜੀਵਨ ਆਪਨੇ ਨਾਲ ਸਾਂਝਾ ਕਰ ਦੇਵਾਂ ਵੀ ਇਹ ਕੌਣ ਸਨ ਭਾਈ ਸੁੱਖਾ ਸਿੰਘ ਪਿੰਡ ਮਾੜੀ ਕੰਬੋ ਕੀ ਅਮਰਸਰ ਦੇ ਇਲਾਕੇ ਦਾ ਰਹਿਣ ਵਾਲਾ ਹੈ ਤੇ ਇਹ ਗੁਰੂ ਕਾ ਸਿੱਖ ਜਿਹੜਾ ਹੈ ਨਾ ਇਹ ਤਕਰੀਬਨ ਕੇਰ ਸਿੰਘ ਨੇ ਲਿਖਿਆ 1706 ਵਿੱਚ ਜਨਮਿਆ ਇਹਦੇ ਪਿਤਾ ਦਾ ਨਾਮ ਲੱਦਾ ਸੀ ਮਾਤਾ ਦਾ ਨਾਮ ਹਰੋ ਸੀ ਇਹ ਦੋ ਭਰਾ ਸਨ ਸੁੱਖਾ ਤੇ ਲੱਖਾ ਇਹਨਾਂ ਚੋਂ ਲੱਖਾ ਜਿਹੜਾ ਹੈ ਇਸ ਜਿਹੜਾ ਲੱਖਾ ਸੀ ਉਹ ਆਪਣੇ ਮਾਤਾ ਪਿਤਾ ਕੋ ਰਹਾ ਜਿਹੜਾ ਸੁੱਖਾ ਸੀ ਇਹ ਨਹੀਂ ਬਚਪਨ ਅੰਦਰ ਖੰਡੇ ਦੀ ਪੋਲ ਸ਼ੱਕ ਲਈ ਉਦੋਂ ਇਹ ਐਸਾ ਸਮਾਂ ਸੀ ਕਿ ਜਿਹੜੀਆਂ ਮਾਵਾਂ ਨੇ ਕਿ ਸੋਚਣਾ ਵੀ ਮੇਰੇ ਪੁੱਤਰ ਕਿੰਨੇ ਜੇ ਪੁੱਛਣਾ ਕਿਸੇ ਨੇ ਪੁੱਤਰ ਪੁੱਤਰ ਕਿੰਨੇ ਉਹਨੇ ਕਿਹਾ ਚਾਰ ਤੇ ਜੇ ਚੌਵਾਂ ਦੇ ਵਿੱਚੋਂ ਕਿਸੇ ਨੇ ਇੱਕ ਨੇ ਅੰਮ੍ਰਿਤ ਛੱਕ ਲੈਣਾ ਉਹਨੇ ਕਿਹਾ ਮੇਰੇ ਤਿੰਨ ਰਹਿ ਗਏ ਆ ਤਿੰਨ ਰਹਿ ਗਏ ਹੁਣ ਇੱਕ ਚੜ੍ਹਾਈ ਕਰ ਗਿਆ ਉਹਨਾਂ ਸਮਿਆਂ ਵਿੱਚ ਜੋ ਸਰਕਾਰ ਨੇ ਸਖਤੀ ਕੀਤੀ ਸੀ ਪਾਬੰਦੀ ਲਾਈ ਸੀ ਹਰ ਪਾਸੇ ਉਹਨਾਂ ਸਮਿਆਂ ਵਿੱਚ ਭਾਈ ਸੁੱਖਾ ਸਿੰਘ ਨੇ ਅੰਮ੍ਰਿਤ ਛਕਿਆ ਸੀ ਛੋਟੀ ਉਮਰ ਵਿੱਚ ਮਾਂ ਬਾਪ ਨੂੰ ਚਿੰਤਾ ਲੱਗੀ ਕਿ ਇਹਨੂੰ ਸਰਕਾਰ ਨੇ ਮਾਰ ਦੇਣਾ ਜੇ ਪਤਾ ਲੱਗ ਗਿਆ ਕਿ ਇਹ ਸਿੱਖ ਹੈ ਉਹਨਾਂ ਨੇ ਕੋਸ਼ਿਸ਼ ਰਾਤ ਸੁੱਤੇ ਪਏ ਨੂੰ ਸੁੱਤੇ ਪਏ ਰਾ ਸੁੱਖਾ ਸਿੰਘ ਦੇ ਕੇਸਲ ਕਤਲ ਕਰ ਦਿੱਤੇ ਉਹਦੀ ਮਾਂ ਨੇ ਪਰ ਸੱਚ ਸੀ ਜਦੋਂ ਦਿਨੇ ਉੱਠਿਆ ਨਾ ਸਿਰ ਤੇ ਹੱਥ ਫੇਰਿਆ ਸਿਰ ਤੇ ਕੇਸ ਨਹੀਂ ਹੈਗੇ ਉਸ ਵੇਲੇ ਗੁੱਸੇ ਦਾ ਭਰਿਆ ਰੋਂਦਾ ਹੋਇਆ ਇੰਨਾ ਰੋਇਆ ਕਹਿਣ ਲੱਗਾ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਤੋਂ ਟੁੱਟ ਕੇ ਮੈਂ ਨਹੀਂ ਜੂ ਸਕਦਾ ਮੈਂ ਮਰ ਜਾਵਾਂਗਾ ਮੈਂ ਇੱਥੋਂ ਟੁੱਟ ਕੇ ਨਹੀਂ ਜੂ ਸਕਦਾ ਸੱਚ ਸੀ ਇਹ ਛੋਟੀ ਜੀ ਉਮਰ ਦਾ ਸੀ ਪਰ ਇਹਨੇ ਇੰਨੀ ਜਿੱਦ ਕਰੀ ਹੈ ਅੱਖ ਲੱਗਾ ਸਤਿਗੁਰੂ ਸਾਹਿਬ ਜੇ ਤੇਰੇ ਜੇ ਤੇਰੇ ਨਾਲ ਮਿੱਤਰਤਾ ਨਾ ਪਈ ਜੇ ਤੇਰੇ ਨਾਲ ਸਾਂਝ ਨਾ ਪਈ ਤੇ ਫਿਰ ਜੂ ਕੇ ਵੀ ਕੀ ਲੈਣਾ ਇਹੋ ਜਿਹਾ ਇਹ ਗੁਰੂ ਦਾ ਸਿੱਖ ਇਨੇ ਕਾਰੋ ਤੋਂ ਬਾਹਰ ਦੌੜਿਆ ਤੇ ਪਿੰਡ ਤੋਂ ਬਾਹਰ-ਬਾਰ ਇੱਕ ਛੋਟਾ ਜਿਹਾ ਟੇਲ ਖੂਹ ਸੀ ਜਿਹੜਾ ਪਾਣੀ ਥੋੜਾ ਸੀ ਵਿੱਚ ਜਾ ਕੇ ਸਿੱਧੀ ਛਾਲ ਮਾਰ ਦਿੱਤੀ ਹੈ ਖੂਹ ਵਿੱਚ ਡਿੱਗਾ ਹੈ ਜੇ ਛਾਲ ਮਾਰੀ ਹੈ ਪਰ ਪਾਣੀ ਰੱਬਾ ਸਬੱਬੀ ਪਾਣੀ ਐਸਾ ਥੋੜਾ ਸੀ ਡੁੱਬ ਨਾ ਸਕਿਆ ਬਹੁਤ ਸਾਰੇ ਸਿੱਖ ਦੁਆਲੇ ਦੁਆਲੇ ਇਕੱਠੇ ਹੋਏ ਵੀ ਇਹਨੂੰ ਕੱਢ ਲਈਏ ਪਰ ਉਹ ਬਾਹਰ ਨਿਕਲਦਾ ਨਾ ਨਹੀਂ ਲੈਂਦਾ ਇੱਕ ਗੁਰੂ ਕੇ ਸਿੱਖਾਂ ਨੇ ਗੁਰੂ ਕਾ ਸਿੱਖ ਨਿਹੰਗ ਸਿੰਘ ਉਧਰੋਂ ਲੰਘਦੇ ਆ ਸੀ ਉਹਨੇ ਭੀੜ ਦੇਖੀ ਆ ਇੱਥੇ ਭੀੜ ਬੜੀ ਵੱਡੀ ਇਕੱਠੀ ਹੋਈ ਐ ਉਹ ਸੋਚਦਾ ਕੀ ਹੋਏਗਾ ਜਦੋਂ ਨੇੜੇ ਗਿਆ ਉਹਨੇ ਪੁੱਛਿਆ ਬੇਟਾ ਕੀ ਗੱਲ ਹੋਈ ਕਹਿ ਲੱਗਾ ਆ ਸਾਰੀ ਗੱਲ ਆ ਦੱਸੀ ਐ ਜੋ ਉਹਦੇ ਨਾਲ ਵਾਪਰੀ ਕਹਿੰਦੇ ਪੁੱਤਰ ਜੀ ਇਹੋ ਜਿਹਾ ਗੁਰੂ ਨਾਲ ਪਿਆਰ ਕਰਨ ਵਾਲੇ ਕਦੇ ਆਤਮ ਹਤਿਆ ਨਹੀਂ ਕਰਿਆ ਕਰਦੇ ਇਹੋ ਜਿਹੀ ਕੌਮ ਵਾਸਤੇ ਕੌਮੀ ਫਰਜ਼ ਨਿਭਾਇਆ ਕਰਦੇ ਨੇ ਜੇ ਮਰਨਾ ਹੀ ਆ ਤੇ ਕੌਮ ਵਾਸਤੇ ਹੋਵੇ ਕੁਝ ਐਸਾ ਕਿਉਂ ਇਹ ਬੁਝਦਲਾਂ ਵਾਲੀ ਮੌਤ ਕਿਉਂ ਅਣਖਾਂ ਵਾਲੀ ਕਿਉਂ ਨਹੀਂ ਇਹ ਸੋਚ ਕੇ ਗੁਰੂ ਕੇ ਸਿੱਖ ਦੀ ਵਿਚਾਰ ਨੂੰ ਸੁਣ ਕੇ ਉਹ ਨਿਹੰਗ ਸਿੰਘ ਨੇ ਉਹਨੂੰ ਬਾਹਰ ਕੱਢਿਆ ਤੇ ਉਸ ਵੇਲੇ ਜੋ ਕੇਰ ਸਿੰਘ ਜੀ ਲਿਖਦੇ ਨੇ ਵੀ ਉਹ ਗੁਰੂ ਕਾ ਸਿੱਖ ਉਹਨੂੰ ਸ਼ਾਮ ਸਿੰਘ ਨਾਰਲੀ ਵਾਲੇ ਦੇ ਜਥੇ 'ਚ ਲੈ ਗਿਆ ਉੱਥੇ ਜਥੇ 'ਚ ਲਿਜਾ ਕੇ ਉਹ ਗੁਰੂ ਕੇ ਸਿੱਖਣ ਮੁੜ ਕੇ ਐਸਰ ਰਲਿਆ ਦੁਬਾਰਾ ਆਪਣੇ ਘਰ ਨਹੀਂ ਗਿਆ ਏ ਇਹੋ ਜੇ ਸਿੱਖੀ ਦਾ ਰੰਗ ਰੰਗਿਆ ਜਾਣ ਵਾਲਾ ਇਹ ਸਰਦਾਰ ਸੁਖਾ ਸਿੰਘ ਸੀ ਦੂਜਾ ਵਿਚਾਰ ਇਤਿਹਾਸ ਦਾ ਵਿਚਾਰ ਦਾ ਪੰਨਾ ਹੈ ਸਰਦਾਰ ਮਹਿਤਾਬ ਸਿੰਘ ਇਹ ਇੱਕ ਵਿਦਵਾਨ ਦੀ ਸਿਰਫ ਇੱਕੋ ਲਿਖਤ ਮਿਲੀ ਬੜੀ ਔਖੀ ਉਹ ਵੀ ਇਹਨਾਂ ਜ਼ਿਕਰ ਕੀਤਾ ਕਿ ਇਹ 1710 ਵਿੱਚ ਜਨਮੇ ਹਨ ਤੇ ਇਹ ਇਹ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਮੀਰਾਕੋਟ ਪਿੰਡ ਦਾ ਹੈ ਤੇ ਇਹਨੇ ਗੁਰੂ ਕੇ ਸਿੱਖ ਨੇ ਵੀ ਸਿੱਖੀ ਧਾਰਨਾ ਕੀਤੀ ਹੋਈ ਹੈ ਇਹਦਾ ਇੱਕ ਬੱਚਾ ਹੈ ਉਹਦਾ ਨਾਮ ਹੈ ਰਾਏ ਸਿੰਘ ਇਨੇ ਕੀ ਕੀਤਾ ਵੀ ਮੈਨੂੰ ਪੰਥ ਦੀ ਲੋੜ ਹੈ ਤੇ ਜੇ ਪੰਥ ਨੂੰ ਮੈਨੂੰ ਪੰਥ ਨੂੰ ਮੇਰੀ ਲੋੜ ਹੈ ਤੇ ਮੈਨੂੰ ਪੰਥ ਦੀ ਲੋੜ ਹੈ ਇਹ ਸੋਚ ਵਿਚਾਰ ਕੇ ਗੁਰੂ ਕੇ ਸਿੱਖ ਨੇ ਆਪਣਾ ਛੋਟਾ ਜਿਹਾ ਬੱਚਾ ਇਹਦਾ ਇਹਦੇ ਪਿੰਡ ਦਾ ਰਹਿਣ ਵਾਲਾ ਸੀ ਭਾਈ ਨੱਥਾ ਵੈਸੇ ਚੌਧਰੀ ਸੀ ਇਹ ਪਿੰਡ ਦਾ ਨੱਥਾ ਸੀ ਇਹ Hindu ਵੀਰ ਸੀ ਇਹਨੂੰ ਇਨੇ ਕੀ ਕੀਤਾ ਵੀ ਇਹਨੇ ਇੱਕ ਗੱਲ ਕਹੀ ਕਿ ਨੱਥਿਆ ਮੇਰਾ ਬੱਚਾ ਹੈ ਇਸ ਬੱਚੇ ਨੂੰ ਤੂੰ ਸਾਹਮਣੇ ਤੇ ਮੈਂ ਸਿੱਖੀ ਜਥੇ ਜਾ ਕੇ ਸ਼ਾਮਲ ਹੋਣਾ ਹੈ ਆਪਾਂ ਬਹੁਤ ਵਾਰ ਐਸੀ ਸਾਡੀ ਸੋਚ ਹੈ ਵੀ ਆਪਾਂ ਸਾਰਿਆਂ ਨੂੰ ਇੱਕੋ ਰਸੇ ਬੰਨ੍ਹ ਦਿੰਨੇ ਆ ਪਰ ਇਹ ਗੁਰੂ ਦਾ ਸਿੱਖ ਜਿਹੜਾ ਭਾਈ ਮਹਤਾਬ ਸਿੰਘ ਸੀ ਇਹਨੇ ਆਪਣੇ ਬੱਚੇ ਭਾਈ ਨੱਥੇ ਨੂੰ ਦਿੱਤਾ ਵੀ ਤੂੰ ਇਹਨੂੰ ਸਾਂਭਣਾ ਹੈ ਆਪੇ ਗੁਰੂ ਕਾ ਸਿੱਖ ਜਾ ਕੇ ਜਥੇ ਉਚ ਰਲ ਗਿਆ ਤੇ ਉਸ ਵੇਲੇ ਚੱਕਰੀਆ ਖਾਂ ਵਰਗਿਆਂ ਨੇ ਹੋਰ ਕਈਆਂ ਬੰਦਿਆਂ ਨੇ ਮਹਤਾਬ ਸਿੰਘ ਦੇ ਘਰ ਜਦੋਂ ਛਾਪਾ ਮਾਰਿਆ ਸੀ ਜਾਂ ਉਹਦੇ ਬੱਚੇ ਨੂੰ ਜਾਂ ਉਹਨੂੰ ਫੜਨ ਵਾਸਤੇ ਤੇ ਇਹ ਪਤਾ ਲੱਗਾ ਵੀ ਮਹਿਤਾਬ ਸਿੰਘ ਦਾ ਪੁੱਤਰ ਜਿਹੜਾ ਹੈ ਨਾ ਰਾਏ ਸਿੰਘ ਉਹ ਨਥੇ ਚੌਧਰੀ ਦੇ ਘਰ ਹੈ ਤਾਂ ਉਸ ਵੇਲੇ ਜਿਹੜੇ ਸਰਕਾਰੀ ਬੰਦੇ ਪਕੜਨ ਆਏ ਸੀ ਫੜਨ ਆਏ ਸੀ ਉਹਨਾਂ ਨੇ ਨਥੇ ਨੂੰ ਕਿਹਾ ਵੀ ਸਾਨੂੰ ਰਾਏ ਸਿੰਘ ਸਾਡੇ ਹਵਾਲੇ ਕਰ ਦੇ ਤੇ ਕੇਰ ਸਿੰਘ ਨੇ ਉਸ ਵੇਲੇ ਰਾਏ ਸਿੰਘ ਦੀ ਉਮਰ ਤਕਰੀਬਨ 5 ਕੋ ਸਾਲ ਲਿਖੀ ਹੈ ਕਹਿੰਦੇ ਉਸ ਵੇਲੇ ਨਥੇ ਖੈਰ ਨਥੇ ਨੇ ਗੱਲ ਕਹੀ ਹੈ ਪੀ ਚਲੋ ਤੁਸੀਂ ਇੱਥੇ ਖੜੋ ਮੈਂ ਆਪਣੇ ਘਰੋਂ ਲੈ ਕੇ ਆਉਣਾ ਰਾਏ ਸਿੰਘ ਨੂੰ ਜਦੋਂ ਇਹ ਘਰ ਗਿਆ ਤੇ ਰਤਨ ਸਿੰਘ ਭੰਗੂ ਉਹਨੇ ਲਿਖਿਆ ਜਦੋਂ ਇਹ ਆਪਣੇ ਘਰ ਗਿਆ ਨਾ ਕਹਿੰਦੇ ਤਬ ਇਹਨੇ ਕੋਸ਼ਿਸ਼ ਕੀਤੀ ਵੀ ਮੈਂ ਇਹ ਬੱਚੇ ਨੂੰ ਬੱਚੇ ਨੂੰ ਮੈਂ ਇਹ ਸਰਕਾਰ ਦੇ ਹਵਾਲੇ ਨਾ ਕਰਾਂ ਕਹਿੰਦੇ ਉਸ ਸਮੇਂ ਵਿੱਚ ਨਥੇ ਖੈ ਨਥੇ ਚੌਧਰੀ ਦਾ ਜਿਹੜਾ ਇੱਕ ਭਾਣ ਜ ਆ ਉਹ ਮਿਲਣ ਆਇਆ ਹੋਇਆ ਸੀ ਆਪਣੇ ਇੱਥੇ ਨਾਨਕੇ ਪਰਿਵਾਰ ਵਿੱਚ ਇਥੇ ਉਹਦਾ ਪੁੱਤਰ ਵੀ ਹੈ ਇੱਕ ਉਹਦਾ ਚੌਂਕੀਦਾਰ ਹੈ ਤੇ ਇੱਕ ਉਹਦਾ ਰਸੋਈਆ ਹੈ ਇਹ 4-5 ਬੰਦੇ ਸਨ ਘਰ ਵਿੱਚ ਤੇ ਇਹਨਾਂ ਨੇ ਜਦੋਂ ਗੱਲ ਕੀਤੀ ਇਹਨੂੰ ਦੱਸੀ ਵੀ ਐਦਾ ਸਰਕਾਰ ਜਿਹੜੀ ਹੈ ਉਹ ਰਾਏ ਸਿੰਘ ਨੂੰ ਮੰਗ ਰਹੀ ਹੈ ਤਾਂ ਇਹਦਾ ਪੁੱਤਰ ਕਹਿ ਲੱਗਾ ਬਾਪੂ ਇਹ ਕਹਿਰ ਨਾ ਕਰੀ ਇਹ ਜ਼ੁਲਮ ਨਾ ਕਰੀ ਨਿੱਕਾ ਜਿਹਾ ਬੱਚਾ ਹੈ ਸਰਕਾਰ ਨੇ ਰਹਿਮ ਨਹੀਂ ਕਰਨਾ ਇਹਦੇ ਤੇ ਇਹ ਸੋਚ ਵਿਚਾਰ ਕੇ ਸਾਰੀ ਗੱਲ ਹੋਈ ਨੱਥਾ ਵੀ ਇਹ ਗੱਲ ਨਾਲ ਸਹਿਮਤ ਸੀ ਕਿ ਮੈਂ ਰਾਏ ਸਿੰਘ ਨੂੰ ਸਰਕਾਰ ਦੇ ਹਵਾਲੇ ਨਹੀਂ ਕਰਨਾ ਰਤਨ ਸਿੰਘ ਭੰਗੂ ਨੇ ਲਿਖਿਆ ਕਿ ਤਬ ਨਥੇ ਨੇ ਕੰਦੇ ਧਰਿਓ ਪਿੱਛੋਂ ਕੰਦ ਟਪਾਏ ਤਬ ਨਥੇ ਨੇ ਉਹਨੂੰ ਬੱਚੇ ਨੂੰ ਆਪਣੇ ਮੋਢੇ ਤੇ ਚੁੱਕਿਆ ਤੇ ਕੰਦ ਟਪਾਤੀ ਤਬ ਨਥੇ ਨੇ ਕੰਦੇ ਧਰਿਓ ਪਿੱਛੇ ਕੰਦ ਟਪਾਏ ਪੰਜ ਪੁਰਖ ਤਿਕ ਤਿਸ ਸੰਗ ਗਏ ਪਏ ਕਮੋਵੀ ਰਾਹੇ ਕਮੋਵੀ ਦਾ ਅਰਥ ਹੈ ਮਾੜੀ ਕੰਮੋ ਕੀ ਰਾਹ ਪੈ ਗਏ ਪਏ ਕਮੋਵੀ ਰਾਹੇ ਕਿ ਲਗੇ ਸਕਾ ਪੁੱਤਰ ਅਰਪਣ ਜਾ ਚੂਹੜਾ ਸੰਗਰਵਾਨ ਸਿਖਰ ਦਪਹਰੇ ਟੀਟਮੈਂ ਲੰਗੇ ਇੱਕ ਮੈਦਾਨ ਇਹ ਮੈਦਾਨ ਜਦੋਂ ਲੰਘ ਗਏ ਪਰ ਸੱਚ ਸੀ ਜਦੋਂ ਪਤਾ ਲੱਗ ਗਿਆ ਨੇ ਵੀ ਨੱਥੇ ਨੇ ਭਜਾ ਦਿੱਤਾ ਇਹ ਰਾਏ ਸਿੰਘ ਨੂੰ ਤੇ ਆਪ ਵੀ ਭੱਜ ਗਿਆ ਤੇ ਉਸ ਵੇਲੇ ਸਰਕਾਰੀ ਬੰਦੇ ਘੋੜੇ ਲੈ ਕੇ ਮਗਰ ਦੌੜ ਪਏ ਸੱਚ ਸੀ ਇਸ ਨੱਥੇ ਨੇ ਰਾਏ ਸਿੰਘ ਨੂੰ ਬਚਾਲਿਆ ਪਰ ਉਹ ਸਰਕਾਰ ਨੇ ਨੱਥੇ ਨੂੰ ਉੱਥੇ ਮਾਰ ਦਿੱਤਾ ਨੱਥੇ ਨੂੰ ਮਾਰਿਆ ਉਨੇ ਪਰ ਰਾਏ ਸਿੰਘ ਦਾ ਜਿਹੜਾ ਪਤਾ ਸੀ ਉਹ ਦੱਸਿਆ ਨਹੀਂ ਇਹੋ ਰਾਏ ਸਿੰਘ ਮਹਿਤਾਬ ਸਿੰਘ ਦਾ ਪੁੱਤਰ ਰਾਏ ਸਿੰਘ ਹੈ ਤੇ ਰਾਏ ਸਿੰਘ ਦਾ ਪੁੱਤਰ ਰਤਨ ਸਿੰਘ ਭੰਗੂ ਹੈ ਜਿਹਦਾ ਪੰਥ ਪ੍ਰਕਾਸ਼ ਦੀਆਂ ਵਿਚਾਰਾਂ ਆਪ ਨਾਲ ਸਾਂਝੀਆਂ ਕਰ ਰਹੇ ਆਂ ਇਹਨੂੰ ਬਚਾਇਆ ਇੱਥੇ ਨੱਥੇ ਨੇ ਖੈਰ ਉਧਰੋਂ ਇੱਕ ਗੁਰੂ ਦਾ ਸਿੱਖ ਭਾਈ ਮਹਿਤਾਬ ਸਿੰਘ ਸਿੱਖੀ ਦੇ ਦਰਦ ਨੂੰ ਜਾਣਨ ਵਾਲਾ ਮੰਨਣ ਵਾਲਾ ਇਹ ਦੋਨੋਂ ਗੁਰੂ ਕੇ ਸਿੱਖ ਜਦੋਂ ਤੁਰੇ ਨੇ ਤੇ ਲੰਬੜਦਾਰਾਂ ਦਾ ਨੰਬਰਦਾਰਾਂ ਦਾ ਭੇਸ ਬਣਾ ਲਿਆ ਨਾ ਤੇ ਇਹਨਾਂ ਨੇ ਠਿਕਰੀਆਂ ਇਕੱਠੀਆਂ ਕਰਕੇ ਉਹਦੇ ਵਿੱਚ ਟੋੜੀਆਂ ਚ ਪਾਲੀਆਂ ਬੋਰੀਆਂ ਚ ਪਾ ਕੇ ਤੁਰ ਪਏ ਪੱਟੀ ਦੇ ਕੋਲ ਆ ਕੇ ਇਹਨਾਂ ਇਹ ਬੋਰੀਆਂ ਭਰੀਆਂ ਸੀ ਠਿਕਰੀਆਂ ਭਰ ਕੇ ਵੀ ਇੰਜ ਲੱਗੇ ਜਿਵੇਂ ਮੋਹਰਾਂ ਭਰੀਆਂ ਹੋਣ ਤੇ ਲੰਬੜਦਾਰਾਂ ਦਾ ਭੇਸ ਬਣਾ ਕੇ ਤੁਰ ਪਏ ਜਦੋਂ ਹਰਿਮੰਦਰ ਸਾਹਿਬ ਆਏ ਨਾ ਜਿੱਥੇ ਲਾਚੀ ਬੀਰ ਹੈ ਲਾਚੀ ਬੀਰੀ ਹੈ ਨਾ ਜਿੱਥੇ ਉੱਥੇ ਇਹਨਾਂ ਗੁਰੂ ਕੇ ਸਿੱਖਾਂ ਨੇ ਘੋੜੇ ਬੰਨੇ ਉਥੇ ਇਹਨਾਂ ਦੇਖਿਆ ਹਰਮੰਦਰ ਸਾਹਿਬ ਵਿੱਚ ਜੋ ਕੁਝ ਹੋਇਆ ਇਸ ਵੇਲੇ ਦੋਨਾਂ ਗੁਰੂ ਕੇ ਸਿੱਖਾਂ ਦੀ ਅੱਖਾਂ ਚੋਂ ਪਾਣੀ ਆ ਗਿਆ ਵੀ ਵਾਕਈ ਇੱਥੇ ਤਾਂ ਬਹੁਤ ਕੁਝ ਕਹਿਰ ਵਾਪਰ ਰਿਹਾ ਹੈ ਦੁਈ ਵੱਲ ਦੁਈ ਘੋੜੇ ਲਾਏ ਦੋਨੋਂ ਬਰਸ਼ੇ ਤਾਹਾਂ ਛੁਪਾਏ ਬਲਗਨ ਮੇ ਤਲਵਾਰ ਲੁਕੋਈ ਜੋਕਰ ਟੋਕੇ ਨਾਹੀਂ ਕੋਈ ਜਿੱਥੇ ਲਾਚੀ ਬੇਰ ਸੀ ਇਹਨਾਂ ਨੇ ਜਿੱਥੇ ਘੋੜੇ ਬੰਨੇ ਉਥੇ ਬਰਸ਼ੇ ਵੀ ਰੱਖ ਲਏ ਤੇ ਜਿਹੜੀ ਬਲਗਨਵੇਂ ਤਲਵਾਰ ਲੁਕੋਈ ਬਲਗਨ ਤੋਂ ਭਾਵ ਸੀ ਉਹਨਾਂ ਨੇ ਬੁੱਕਲ ਜਿਹੜੀ ਮਾਰੀ ਹੋਈ ਸੀ ਬੁੱਕਲ ਚ ਉਹਨਾਂ ਨੇ ਤਲਵਾਰਾਂ ਲੁਕੋਈਆਂ ਹੋਈਆਂ ਸੀ ਜੋਕਰ ਟੋਕੇ ਨਾ ਹੀ ਕੋਈ ਵੀ ਰਸਤੇ ਚ ਕੋਈ ਟੋਕੇ ਨਾ ਦੋਨੋਂ ਗੁਰੂ ਕੇ ਸਿੱਖ ਜਦੋਂ ਉਹਨਾਂ ਨੇ ਤਲਵਾਰਾਂ ਆਪਣੀ ਬੁੱਕਲ ਚ ਲੁਕੋਈਆਂ ਤੇ ਠਿਕਰੀਆਂ ਵਾਲੀਆਂ ਬੋਰੀਆਂ ਲੈ ਕੇ ਜਦੋਂ ਹਰਮੰਦਰ ਸਾਹਿਬ ਨੂੰ ਤੁਰੇ ਤੇ ਜਦੋਂ ਇਹ ਦਰਸ਼ਨੀ ਦਿਉੜੀ ਦੇ ਅੰਦਰ ਵੜੇ ਹੀ ਆ ਤੇ ਉੱਥੇ ਇੱਕ ਚੋਬਦਾਰ ਖੜਾ ਹੈ ਤੇ ਉਹ ਲਗਾ ਕਿੱਥੇ ਚੱਲੇ ਕਹਿਣ ਲੱਗੇ ਜੀ ਅਸੀਂ ਤਾਂ ਨੰਮੜਦਾਰਾਂ ਕਰ ਕਹਿੰਦੇ 샤ਊਕਾਰ ਦਾ ਕਰਜ਼ਾ ਤੇ ਚੌਧਰੀ ਦੀਆਂ ਜਿਹੜੀ ਇਹ ਉਹਦਾ ਮਾਮਲਾ ਹੁੰਦਾ ਇਹ ਸਮੇਂ ਸਰਤਾਰਨਾ ਚਾਹੀਦਾ ਉਹ ਕਹਿੰਦਾ ਚਲੋ ਠੀਕ ਤੁਸੀਂ ਮਾਮਲਾ ਤਾਰਨਾ ਹੈ ਉਹ ਕਹਿੰਦਾ ਹਾਂ ਮਾਮਲਾ ਤਾਰਨਾ ਹੈ ਕਹਿਣ ਲੱਗਾ ਤੂੰ ਸਾਡੇ ਵੀ ਧਿਆਨ ਰੱਖਿਆ ਕਰੋ ਸਾਡੇ ਬੱਚੇ ਵੀ ਆ ਇਹ ਕੌਣ ਕਹਿ ਰਿਹਾ ਹੈ ਜਿਹੜਾ ਦਰਸ਼ਨੀ ਡਿਉੜੀ ਦੇ ਕੋਲ ਖੜਾ ਚੋਬਧਾਰ ਸੀ ਨਾ ਮੱਸੀ ਰੰਗੜ ਦਾ ਬੰਦਾ ਉਹ ਕਹਿੰਦਾ ਅਸਲੀ ਬੱਚੇ ਪਾਲਣੇ ਆ ਸਾਡਾ ਵੀ ਖਿਆਲ ਰੱਖਿਆ ਕਰੋ ਕਹਿਣ ਲੱਗੇ ਕੋਈ ਗੱਲ ਨਹੀਂ ਤੂੰ ਸਾਡੇ ਘੋੜਿਆਂ ਦਾ ਖਿਆਲ ਰੱਖੀ ਅਸੀਂ ਹੁਣੇ ਗਏ ਤੇ ਹੁਣੇ ਆਏ ਅਸੀਂ ਕਿਸੇ ਦਾ ਕਰਜ਼ਾ ਰੱਖਦੇ ਨਹੀਂ ਹੁੰਦੇ ਵਾਪਸ ਜ਼ਰੂਰ ਕਰਾਂਗੇ ਕਰਜ਼ਾ ਜ਼ਰੂਰ ਲਾਵਾਂਗੇ ਕੋਈ ਗੱਲ ਨਹੀਂ ਅਸੀਂ ਤੂੰ ਸਾਡਾ ਹੁੰਦਾ ਖਿਆਲ ਰੱਖੀ ਅਸੀਂ ਹੁਣੇ ਆਏ ਦੋਨੋਂ ਗੁਰੂ ਕੇ ਸਿੱਖ ਅੰਦਰ ਗਏ ਮੱਸਾ ਰੰਗੜ ਨਸ਼ੇ 'ਚ ਧੁੱਤ ਬੈਠਾ ਹੋਇਆ ਇਹਨਾਂ ਨੇ ਦੋਨੋਂ ਜਾਣਿਆਂ ਨੇ ਜਿਹੜੀਆਂ ਬੋਰੀਆਂ ਸੀ ਠਿੱਕ ਕਰੀਆਂ ਦੀਆਂ ਭਰੀਆਂ ਉਹਦੇ ਪਲੰਘ ਛੋਟਾ ਦਿੱਤੀਆਂ ਨੇ ਜਦੋਂ ਪਲੰਘ ਛੁੱਟੀਆਂ ਉਹਨੇ ਨੀਵੀਂ ਪਾ ਕੇ ਕਹਿ ਲੱਗਾ ਵੀ ਕਹੋ ਕੀ ਇਹ ਕਲਗ ਮੋਹਰਾ ਹੈ ਤੁਸੀਂ ਆ ਵੀ ਦੇਖ ਲਓ ਜਦੋਂ ਉਹ ਦੇਖਣ ਲੱਗਾ ਨੀਵਾ ਹੋ ਕੇ ਉਸ ਵੇਲੇ ਸਰੋਹੀ ਦੇ ਨਾਲ ਸਰਦਾਰ ਮਹਿਤਾਬ ਸਿੰਘ ਜੀ ਹੁਣਾਂ ਨੇ ਵਾਰ ਕਰਿਆ ਏ ਏਡੀ ਯੋਰ ਨਾਲ ਵਾਰ ਕਰਿਆ ਤੇ ਜਦੋਂ ਰਤਨ ਸਿੰਘ ਭੰਗੂ ਨੇ ਲਿਖਿਆ ਕਹਿ ਲੱਗਾ ਮਸੇ ਕਾ ਇਸਸੀਸ ਉਤਾਰਿਓ ਜੋ ਕਰ ਬੇਲੋਂ ਕਦੂਆ ਟਾਰਿਓ ਕਹਿੰਦੇ ਉਹਦਾ ਸਿਰ ਇਹ ਲਾ ਕੇ ਰੱਖ ਦਿੱਤਾ ਜਿਵੇਂ ਬੇਲ ਨਾਲੋਂ ਕੱਦੂ ਲਾਇਆ ਹੋਵੇ ਇਦਾਂ ਛੁੱਟਿਆ ਵੱਢ ਕੇ ਉਸੇ ਵੇਲੇ ਗੁਰੂ ਕੇ ਸਿੱਖ ਨੇ ਚੁੱਕਿਆ ਉਹਦਾ ਸਿਰ ਬਾਹਰ ਆ ਕੇ ਨੀਜੇ ਚ ਗੱਡ ਕੇ ਦੋਨੋਂ ਜਾਣੇ ਹਰਨ ਹੋ ਗਏ ਸਾਰੇ ਲੋਕ ਵੇਂਦੇ ਰਹਿ ਗਏ ਹੋ ਕੀ ਗਿਆ ਇੱਥੇ ਵਾਪਰ ਕੀ ਗਿਆ ਭੱਜ ਦੌੜ ਮੱਚ ਗਈ ਜਦੋਂ ਇਸ ਗੱਲ ਦਾ ਪਤਾ ਮੱਛੇ ਨੂੰ ਵੱਡਣ ਦਾ ਪਤਾ ਲੱਗਾ ਜ਼ਕਰੀਆ ਖਾਨ ਨੂੰ ਤੇ ਜ਼ਕਰੀਆ ਖਾਨ ਦੇ ਕੋਲ ਮੱਛੇ ਦੀ ਘਰ ਵਾਲੀ ਜਾ ਕੇ ਬੜਾ ਰੋਂਦੀ ਐ ਤੇ ਜਿਹੜੀ ਜ਼ਕਰੀਆ ਖਾਨ ਦੀ ਘਰ ਵਾਲੀ ਉਹਦਾ ਨਾਂ ਹਮਸ਼ੀਰਾ ਸੀ ਇਹ ਵੀ ਜ਼ਕਰੀਆ ਖਾਨ ਵਾਂਗ ਪੂਰੀ ਨਰਦਈ ਸੀ ਇਨੇ ਵੀ ਤਰਸ ਨਹੀਂ ਕੀਤੇ ਜਦੋਂ ਇਹ ਮੱッセ ਦੀ ਘਰ ਵਾਲੀ ਜਾ ਕੇ ਉਹਦੇ ਅੱਗੇ ਹਮਸ਼ੀਰਾ ਅੱਗੇ ਰੋਈ ਹੈ ਤੇ ਇਹਨੇ ਹਮਸ਼ੀਰਾ ਨੇ ਜਕਰੀਆਂ ਨੂੰ ਹੋਰ ਚੁੱਕਣਾ ਦਿੱਤੀ ਵੀ ਜਿੰਨਾ ਤੈਥੋਂ ਹੋ ਸਕਦਾ ਹੈ ਇਹ ਇਨਸਾਫ ਦਵਾ ਇਹਨੂੰ ਇਹ ਰੋਂਦੀ ਹੈ ਇਹ ਇਹਦਾ ਪਤੀ ਮਹਾਰਤਾ ਸਿੱਖਾਂ ਨੇ ਇਹ ਤੇ ਉਸ ਵੇਲੇ ਇਹਨੇ ਚੁੱਕਣਾ ਦੇ ਕੇ ਉਹਨੇ ਆਖਿਆ ਜਿੰਨੀ ਮੇਰੇ ਕੋ ਮਦਦ ਹੋ ਸਕੇ ਮੈਂ ਕਰਾਂਗੀ ਪਰ ਇਹਨੂੰ ਇਨਸਾਫ ਦਵਾ ਦਿਓ ਸਿੱਖ ਖਤਮ ਕਰਵਾ ਦਿਓ ਜਿਨ੍ਹਾਂ ਨੇ ਸਿਰ ਵੱਢਿਆ ਮੱਸੇ ਰੰਗੜਦਾ ਉਹਨਾਂ ਨੂੰ ਇਹ ਦੇ ਸਾਹਮਣੇ ਲਿਆ ਦਿਓ ਇਹ ਸੋਚ ਵਿਚਾਰ ਕੇ ਜਕਰੀਏ ਨੇ ਫਿਰ ਬਹੁਤ ਵੱਡੀ ਪਾਬੰਦੀ ਕੀਤੀ ਹੈ ਬਹੁਤ ਤਗੜੀ ਚਾਰ ਸ਼ਫੇਰੇ ਇਨ ਹਰ ਪਾਸੇ ਇਨੀ ਸ਼ਕਤੀ ਕਰ ਦਿੱਤੀ ਜਿਹੜੀ ਉਹਦੀ ਘਰ ਵਾਲੀ ਹਮਸ਼ੀਰਾ ਸੀ ਨਾ ਉਹਨੇ ਵੀ ਸਿੱਖ ਬਹੁਤ ਸ਼ਹੀਦ ਕਰਵਾਏ ਰਤਨ ਸਿੰਘ ਭੰਗੂ ਨੇ ਲਿਖਿਆ ਕਹਿਣ ਲੱਗਾ ਹੁਤੀ ਹੋਤੀ ਖਾਨੂ ਨਵਾਬ ਖਾਨੋ ਹਮਸ਼ੀਰਾ ਫਰਜ਼ੱਲੇ ਕੀ ਕਰ ਵਸਤੀ ਧੀਰਾ ਕਿ ਲਗਾ ਹੁਤੀ ਹਮਾਇਤ ਹਮਾਇਤ ਕਰਨ ਵਾਲੀ ਹੁਤੀ ਹਮਾਇਤ ਬਹੁਤ ਕਮਜ਼ਾਤ ਤਿਨ ਵੀ ਸਿੰਘ ਕਰਾਏ ਘਾਟ